ਤੇ ਜ਼ਰੂਰ ਤਾੜੀ ਮਾਰੋ ਮੇਰੇ ਦਰਸ਼ਕ ਵੀਰੋ ਇਹਨਾਂ ਖਿਡਾਰੀਆਂ ਨੂੰ। ਜ਼ਰੂਰੀ ਨਹੀਂ ਕਿ ਨੋਟਾਂ ਦੇ ਨਾਲ ਹੀ ਆਪਾਂ ਤਾੜੀਆਂ ਦੇ ਨਾਲ ਵੀ ਹੱਲਾਸ਼ੇਰੀ ਜਿਹੜੀ ਦੇਣੀ ਏ, ਕਿਉਂਕਿ ਜਦੋਂ ਤਾੜੀਆਂ ਵੱਜਦੀਆਂ ਤੇ ਹੌਸਲੇ ਬੁਲੰਦ ਹੁੰਦੇ ਨੇ। ਮੇਲੇ ਦੇ ਵੱਖਰੇ ਜਿਹੜੇ ਸਵਾਦ ਨੇ, ਵੱਖਰੇ ਰੰਗ ਨੇ। ਸਰਦਾਰ ਸੇਵਾ ਸਿੰਘ ਜੀ ਹੁਣਾਂ ਦਾ ਧੰਨਵਾਦ ਏ, ਗੁਰਦਿਆਲ ਸਿੰਘ ਜੀ ਔਰ ਸਨਹਵੀਰ ਸਿੰਘ ਜੀ। 2.5 ਲੱਖ ਮੇਰੇ ਵੀਰੋ ਅਕੈਡਮੀਆਂ ਦਾ ਪਹਿਲਾਂ ਤੇ ਦੂਜਾ ਇਨਾਮ। ਪਰ ਇੱਧਰ ਨਕੋਦਰੀਆਂ ਮੋਨੂ ਆਓ ਕਹਿੰਦੇ ਵੀ ਨਿਕਲਦਾ ਹੋਇਆ ਹੱਥਾਂ ਦੇ ਵਿੱਚੋਂ। ਮੇਰੇ ਤੋਂ ਪਹਿਲਾਂ ਸਾਡਾ ਵੀਰ ਤੀਰਥ ਵੀ ਸਾਡੇ ਇਸ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਕੇ ਗਿਆ, ਉਸ ਵੀਰ ਦਾ ਵੀ ਧੰਨਵਾਦ ਹੈ। ਲਓ ਸਾਹਮਣੇ ਸੁੱਖੀ ਝਾੜ ਸਾਹਿਬ ਮਾਲਵੇ ਦੇ ਮਲਵਈ ਦੀ ਕਬੱਡੀ, ਸਾਹਮਣੇ ਦੁਬਾਬੇ ਦੇ ਚਾਰ ਜਿਹੜੇ ਜਾਫੀਆਂ ਵਿੱਚੋਂ ਆਓ ਠਾਣੂ। ਅੱਜ ਕਹਿੰਦੇ ਵੀ ਲੱਕੀ, ਅੱਜ ਠਾਣੂ ਦਾ ਦਿਨ ਜਿਹੜਾ ਵਧੀਆ। ਪਰ ਸਾਹਮਣੇ ਆਓ ਸੁੱਖੀ, ਇਹ ਹੈ ਝਾੜ ਸਾਹਿਬ ਵਾਲਾ ਸੁੱਖੀ। ਹੱਥਾਂ ਦੇ ਵਿੱਚੋਂ ਨਿਕਲਦਾ ਕਿ ਹੱਟ ਪਿੱਛੇ ਮਿੱਤਰਾਂ ਦੀ ਖੇਡ ਦਾ ਸਵਾਲ ਏ। ਤੇ ਸਾਹਮਣੇ ਇਹ ਹੈ ਮੋਨੂ ਨਕੋਦਰੀਆ, ਸੱਜੇ ਡੋਲੇ ਤੋਂ ਲਾ ਕੇ ਬਾਂਹ ਦੇ ਤੱਕ ਟੈਟੂ ਜਿਹੜਾ ਬਣਿਆ ਬੜਾ ਫਬਦਾ। ਜ਼ਰੂਰ ਪੁੱਛਾਂਗੇ ਵੀ ਕਿੱਥੋਂ ਬਣਵਾਇਆ ਤੇ ਕਿੰਨੇ ਪੈਸੇ ਲੱਗੇ। ਪਰ ਕੀ ਫੈਸਲਾ ਹੁਣ ਸਾਡੇ ਜੋਗਿੰਦਰ ਸਿੰਘ ਜੀ ਮਾਸਟਰ PTI ਦਾ ਵੀ ਨੰਬਰ ਜਿਹੜਾ ਮੱਲੀਆਂ ਦੀ ਟੀਮ ਦੇ ਲਈ। ਲੈ ਵੀ ਮੋਨੂ ਸਾਹਿਬ ਇੱਕ ਮਿੰਟ ਇੱਧਰ ਆਈ, ਆ ਜਿਹੜਾ ਤੇਰਾ ਟੈਟੂ ਆ ਵੀ ਇੱਥੇ ਕਿੰਨੇ ਕੁ ਪੈਸੇ ਲੱਗੇ ਇੰਨਾ ਕੁ ਟੈਟੂ ਬਣਾਉਣ ਲਈ? 15,000 ਤੇ ਕਿੱਥੋਂ ਬਣਵਾਇਆ ਏ ਨਕੋਦਰ? ਟੈਟੂ ਸ਼ੌਪ ਤੋਂ ਕਹਿੰਦੇ ਵੀ 15,000 ਸ਼ੌਕ ਨੇ ਸਾਡੇ ਇਹਨਾਂ ਖਿਡਾਰੀਆਂ ਦੇ। ਵਾਕਿਆ ਪੰਜਾਬੀਆਂ ਦੇ ਸ਼ੌਕ ਵੱਖਰੇ ਤੇ ਉਧਰ ਮੱਲੀਆਂ ਵਾਲੇ ਮਿੰਟੂ ਨੇ ਲੇਟ ਆ ਕੇ ਲੇਟ ਕੱਢ ਦਿੱਤੀ ਕਿ ਲਾ ਦੇ ਜੱਫਾ, ਕਰਦੇ ਇਕੱਠਾ ਰੇਡ ਪਾਉਣ, ਫਿਰ ਮੁੜ ਕੇ ਆਵੇ ਨਾ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ, ਕਿ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ। ਗੋਪਾ ਬੈਂਸ ਜੀ ਸਾਡੇ ਆਸਟ੍ਰੇਲੀਆ ਦੇ ਵਿੱਚ ਔਰ ਸਾਡੇ ਨਿਊਜ਼ੀਲੈਂਡ ਤੋਂ ਬਲਵੀਰ ਸਿੰਘ ਜੀ ਮੱਧੂ ਹੁਣੀ ਤੱਕਦੇ ਨੇ ਮਾਂ ਖੇਡ ਕਬੱਡੀ ਦੇ ਮੁਕਾਬਲੇ ਨੇ। ਹਰਦੇਵ ਸਿੰਘ ਜੀ ਗੱਲ ਹੋਣਾ ਵੱਲੋਂ, ਹਰਦੇਵ ਸਿੰਘ ਜੀ ਗੱਲ ਹੋਣਾ ਵੱਲੋਂ ਪਿਆਰ ਭਰੇ ਸੱਦੇ ਨੇ। ਉਧਰ ਕਹਿੰਦੇ ਵੀ ਜੱਫਾ ਗੋਪੀ ਭਰੋ, ਮੁਜ਼ਾਹਰੇ ਵਾਲੇ ਨੇ ਲਾ ਦਿੱਤਾ ਪੰਮੇ ਫੜ ਬਈ ਆ ਬੁੱਗੇ ਨੂੰ 500 ਰੁਪਈਆ। ਬਲਵੀਰ ਸਿੰਘ ਜੀ ਭੀਰੀ ਮਾਂ ਖੇਡ ਕਬੱਡੀ ਦੇ ਆਪਣੇ ਸਮੇਂ ਦੇ ਮਹਾਨ ਖਿਡਾਰੀ ਨੇ ਤੇ ਬੁੱਗੇ ਮੱਲੀਆਂ ਵਾਲੇ ਇੰਟਰਨੈਸ਼ਨਲ ਖਿਡਾਰੀ ਦਾ 500 ਦੇ ਨਾਲ ਜਿਹੜਾ ਮਾਣ ਕਰਦੇ ਨੇ। ਲੈ ਵੀ ਬੁੱਗਿਆ ਲਾ ਜੱਫਾ, ਨੋਟਾਂ ਦੀ ਵਰਖਾ ਹੋਣੀ ਨੌਜਵਾਨਾਂ, ਜਿੱਦਾਂ ਇੰਗਲੈਂਡ ਦੇ ਵਿੱਚ ਪੌਂਡਾਂ ਦੀ, ਕੈਨੇਡਾ ਦੇ ਵਿੱਚ ਡਾਲਰਾਂ ਦੀ। ਪਰ ਆਹ ਕਹਿੰਦੇ ਵੀ ਹਿੰਦਾ ਏ ਖੇਡ ਮੈਦਾਨ ਚ, ਹਿੰਦਾ ਪਾਣੋ ਲੰਘੇ ਵਾਲਾ ਇਸ ਵੇਲੇ ਡੱਕਣ ਦਾ ਪੂਰਾ ਯਤਨ ਕਰਦਾ। ਇੱਕ ਪਾਸੇ ਮੰਨੋ ਆ ਚੱਲੀਆਂ ਬਾਹਾਂ ਖੁੱਚ ਪੱਟੀ, ਚੱਪਾ 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 ਨੰਬਰ ਸਾਬੀ ਕਲੱਬ ਮੱਲੀਆਂ ਦੀ ਟੀਮ ਦੇ ਲਈ। ਜੇ ਸਵਾਦ ਲੱਗਾ ਤੇ ਤਾੜੀ ਹਿੰਦੇ ਲਈ ਜ਼ਰੂਰ ਮਾਰੋ ਮੇਰੇ ਵੀਰੋ, ਇਹ ਹੈ ਹਿੰਦਾ ਪਾਣੋ ਲੰਗੇ ਦੀ ਧਰਤੀ ਦਾ। ਤੇ ਸਾਹਮਣੇ ਖੇਡ ਮੈਦਾਨ ਵਿੱਚ ਹਰਜੀਤ ਸਿਆਂ, ਸਵਾਦ ਆਇਆ ਵੀ ਕੁਝ ਕਬੱਡੀ ਦਾ? ਹਰਜੀਤ ਸਿਆਂ ਪ੍ਰਧਾਨ ਸਾਹਿਬ ਸਵਾਦ ਕੁਝ ਆਇਆ? ਬਿਲਕੁਲ, ਕਹਿੰਦੇ ਵੀ ਸਵਾਦ ਆ ਗਿਆ ਇਸ ਮੈਚ ਦਾ। ਤੇ ਉਧਰ ਸੁੱਖੀ ਫਿਰ ਝਾੜ ਸਾਹਿਬ ਵਾਲੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ। ਇਹ ਹੈ ਸੁੱਖੀ ਝਾੜ ਸਾਹਿਬ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਹੁਣ ਕੌਣ ਜੱਫਾ ਲਾਵੇਗਾ? ਇੱਕ ਪਾਸੇ ਠਾਣੂ, ਪਰ ਆਹ ਮਿੰਟੂ ਮੱਲੀਆਂ ਵਾਲੇ ਨੇ ਉਂਗਲੀ ਖੜੀ ਕਰ ਦਿੱਤੀ ਤੇ ਨੰਬਰ ਸਾਬੀ ਕਲੱਬ ਮੱਲੀਆਂ ਦੀ ਟੀਮ ਦੇ ਲਈ। ਉਹ ਕਬੱਡੀ ਦਾ ਕਹਿੰਦੇ ਵੀ ਮਹਾਨ ਮਹਾਰਥੀ ਨਹੀਂ ਰਿਹਾ ਸਾਡੇ ਵਿਚਕਾਰ, ਸਾਬੀ ਮੱਲੀਆਂ ਵਾਲੇ ਦੇ ਨਾਮ ਤੇ ਖੇਡਦੀ ਹੋਈ ਟੀਮ। ਤੇ ਦੂਜੇ ਪਾਸੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਰਹਾਲ ਰਾਣੂਆਂ ਦੀ ਟੀਮ ਆ। ਸੋ ਮੀਰੀ ਪੀਰੀ ਦੇ ਮਾਲਕ ਅੱਜ ਇਸ ਮਾਂ ਖੇਡ ਕਬੱਡੀ ਦੇ ਮੁਕਾਬਲੇ ਨੇ। ਲਓ ਉਧਰ ਗੋਪੀ ਤੇ ਗੋਗੋ, ਗੋਪੀ ਤੇ ਗੋਗੋ, ਗੋਪੀ ਤੇ ਗੋਗੋ, ਆਹ ਓ ਨੌਜਵਾਨਾਂ, ਇਹਨੂੰ ਕਹਿੰਦੇ ਖੇਡ ਕਬੱਡੀ ਚੁਸਤੀ ਦੀ, ਫੁਰਤੀ ਦੀ ਤੇ ਕੰਮ ਭਿੜਨਾ ਝੋਟੇ ਦਾ, ਜੀਦਾਰੀ ਦੀ ਕੁਸ਼ਤੀ ਪੱਕਾ ਸਾਧਲ ਗੋਟੇ ਦਾ। ਸੋਨੂ ਵੀ ਭੱਜ ਭੱਜ ਕੇ ਦੇਖਦਾ ਵੀ ਕਿੰਨੇ ਜੱਫੇ ਕਿਹੜੀ ਟੀਮ ਦੇ, ਧੜਕਣ ਫਿਰ ਜਿਹੜੀ ਤੇਜ਼ ਹੋ ਗਈ। ਲਓ ਖੇਡ ਮੈਦਾਨ ਚ ਸੁੱਖੀ ਝਾੜ ਸਾਹਿਬ ਵਾਲੇ ਦੀ ਕਬੱਡੀ ਤੇ ਕੌਣ ਡੱਕੇਗਾ? ਮੱਲੀਆਂ ਦਾ ਬੁੱਗਾ ਨਾਲ ਹਿੰਦਾ ਭਾਣੋ ਲੰਗੇ ਵਾਲਾ। ਉਧਰ ਖੇਡ ਮੈਦਾਨ ਦੇ ਵਿੱਚ ਹਲਕਾ ਜਿਹਾ ਟੱਚ ਤੇ ਨੰਬਰ ਜਿਹੜਾ ਸਰਹਾਲ ਰਾਣੂਆਂ ਦੀ ਟੀਮ ਦੇ ਲਈ। ਬਹੁਤ ਹੀ ਸਤਿਕਾਰਯੋਗ ਬਲਵੀਰ ਸਿੰਘ ਜੀ ਵੀਰੀ, ਤਰਲੋਚਨ ਸਿੰਘ ਜੀ ਤੋਸ਼ੀ ਤੇ ਕੁਲਵੰਤ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜਿਹੜੇ ਵੱਡੇ ਮਾਣ ਨੇ।
ਅੱਜ ਦੇ ਇਸ ਕਬੱਡੀ ਕੱਪ ਤੇ ਲਓ ਫਿਰ ਖੇਡ ਮੈਦਾਨ ਚ ਸ਼ੀਲੇ ਦੀ ਕਬੱਡੀ ਮੇਰੇ ਵੀਰੋ ਸ਼ੀਲੇ ਦੀ ਕਬੱਡੀ ਕੌਣ 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 ਇਹ ਕੌਣ ਹੈ ਇਹ ਹੈ ਦੁਨਾਲੀ ਮੁਕੰਦਪੁਰੀਆ ਮੋਰੇ ਪਹਾੜ ਇੱਕ ਪਾਸੇ ਤੂਫਾਨ ਆਓ ਕਹਿੰਦੇ ਵੀ ਤੂਫਾਨ ਡੱਕਣੇ ਔਖੇ ਨੇ ਤੂਫਾਨ ਡੱਕਣੇ ਔਖੇ ਨੇ ਤੇ ਨੰਬਰ ਜਿਹੜਾ ਸਾਬੀ ਕਲੱਬ ਮੱਲੀਆਂ ਦੀ ਟੀਮ ਦੇ ਲਈ ਸੋ ਬਹੁਤ ਬਹੁਤ ਧੰਨਵਾਦ ਲਓ ਬਹੁਤ ਹੀ ਸਤਿਕਾਰ ਵੱਡਾ ਮਾਣ ਹੈ ਪੰਜਾਬੀ ਬੋਲਾਂ ਦਾ ਸਰਦਾਰ ਬਲਵੀਰ ਸਿੰਘ ਜੀ ਵੀਰੀ ਆਪਣੇ ਸਮੇਂ ਮਹਾਨ ਖਿਡਾਰੀ ਨੇ ਉਹ ਸਾਹਮਣੇ ਮਿੰਟੂ ਦੀ ਤੀਜੀ ਕੋਸ਼ਿਸ਼ ਸਫਲਤਾ ਮਿਲੇਗੀ ਪਰ ਪ੍ਰਿਸਾਂ ਜਿਹੜੀਆਂ ਵੱਜਦੀਆਂ ਨੇ ਤੇ ਨੰਬਰ ਜਿਹੜਾ ਸਰਹਾਲ ਰਾਣੂਆਂ ਦੀ ਟੀਮ ਦੇ ਲਈ ਇਸਦੇ ਨਾਲ ਹੀ ਜਿਹੜਾ ਇਹ ਮੈਚ ਸਮਾਪਤ ਹੈ ਲਵੀ ਤੀਰਥ ਸਿਆ ਅਗਲਾ ਮੈਚ ਪਰ ਆਪਾਂ ਨੰਬਰ ਜਿਹੜੇ ਜ਼ਰੂਰ ਜਿਹੜੇ ਦੱਸ ਦਈਏ ਨੰਬਰ ਕਿਹੜੀ ਟੀਮ ਦੇ ਕਿੰਨੇ ਰਹੇ ਨੇ ਫਲੋ ਸਕੂਲਾਂ ਦੀਆਂ ਟੀਮਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੁਰੰਤ ਗਰਾਊਂਡ ਦੇ ਵਿੱਚ ਆ ਜਾਣ ਆ ਜਾਓ ਛੋਟੇ 32 ਨੰਬਰ ਲੈ ਕੇ ਸਰਹਾਲ ਰਾਣੂਆਂ ਦੀ ਟੀਮ ਜਿਹੜੀ ਇਸ ਮੁਕਾਬਲੇ ਦੀ ਜੇਤੂ ਟੀਮ ਬਣ ਗਈ ਤੇ 28 ਨੰਬਰ ਜਿਹੜੇ ਸਾਬੀ ਕਲੱਬ ਮੱਲੀਆਂ ਦੀ ਟੀਮ ਦੇ ਦੋਨਾਂ ਟੀਮਾਂ ਲਈ ਇੱਕ ਵਾਰੀ ਤਾੜੀ ਮਾਰ ਦੋ ਦਰਸ਼ਕ ਵੀਰੋ ਮੈਚ ਬੜਾ ਫਸਮਾ ਬਹੁਤ ਹੀ ਸਤਿਕਾਰਯੋਗ ਆ ਸਰਦਾਰ ਸੇਵਾ ਸਿੰਘ ਜੀ ਬ੍ਰਦਰ ਆਫ ਸਰਦਾਰ ਗੁਰਦਿਆਲ ਸਿੰਘ ਜੀ ਸਾਨੂੰ ਸਰਦਾਰ ਵੀਰ ਸਿੰਘ ਜੀ 2.5 ਲੱਖ ਮੇਰੇ 2.5 ਲੱਖ ਰੁਪਈਆ ਇਸ ਕਬੱਡੀ ਕੱਪ ਦੇ ਲਈ ਮੈਚ ਲਾਓ ਤੁਸੀਂ ਪਹਿਲਾਂ ਫੇਰ ਬਾਅਦ ਚ ਦੇਖਦੇ ਆ ਇਸ ਤੋਂ ਬਾਅਦ ਫਾਈਨਲ ਮੈਚ ਲਈ ਇਸ ਮੈਚ ਤੋਂ ਬਾਅਦ ਫਾਈਨਲ ਮੈਚ ਲਈ ਟੀਮਾਂ ਤਿਆਰ ਰਹਿਣ ਆ ਵੀ ਤੀਰਥ ਸਿਆ ਸਾਡਾ ਵੀਰ ਤੀਰਥ ਇਸ ਮੈਚ ਦੀ ਗੱਲ ਕਰੇਗਾ ਹੁਣ ਬੇਟ ਅਸ਼ਮਨੀ ਰਾਣਾ ਜੀ ਸ਼੍ਰੀ ਕੇਸ਼ਵ ਨੰਦ ਜੀ 1 ਲੱਖ ਰੁਪਈਆ ਆਲ ਓਪਨ ਦਾ ਪਹਿਲਾ ਤੇ ਦੂਜਾ ਇਨਾਮ ਜਿਹੜਾ ਉਹਨਾਂ ਨੇ ਸਪਾਂਸਰ ਕੀਤਾ ਵਿੱਚ ਰੱਖੇ ਇਸ ਤੋਂ ਫਾਈਨਲ ਮੈਚ ਤੋਂ ਬਾਅਦ ਚ ਕਲੱਬਾਂ ਦੇ ਜਿਹੜੇ ਫਾਈਨਲ ਮੈਚ ਹੋ ਜਾਣੇ ਆ ਇਸ ਕਰਕੇ ਦੂਰ ਨਾ ਜਾਣ ਨੇੜੇ ਰਹਿਣ ਆ ਜਾਓ ਜੀ ਆ ਜਾਓ ਜਗਿੰਦਰ ਸਿੰਘ ਜੀ ਇਹਨਾਂ ਦਿਓ ਬਿਸਲ ਚਲੋ ਬਲਵੀਰ ਜੀ ਮਾਰੋ ਬਿਸਲ ਆ ਜਾਓ ਮੈਚ ਮੇਰੇ ਪੰਜਾਬੀ ਵੀਰੇ ਹੋਣ ਜਾ ਰਿਹਾ ਕਹਿੰਦੇ ਜੋਨਲ ਪੱਧਰ ਸਕੂਲ ਪੱਧਰ ਦਾ ਮੈਚ ਸਾਡਾ ਨਜ਼ਦੀਕੀ ਪਿੰਡ ਮਕੰਦਪੁਰ ਵਰਸਸ ਜਾਂਡਲਾ ਬਹੁਤ ਹੀ ਕਹਿੰਦੇ ਬੇਹਤਰੀਨ ਮੈਚ ਹੋਣ ਦੀ ਆਸ ਹੈ ਸਕੂਲ ਪੱਧਰ ਦਾ ਮੈਚ ਔਰ ਇਸ ਵਕਤ ਇਹ ਜਿਹੜਾ ਮੈਚ ਹੋਣ ਜਾ ਰਿਹਾ ਜਾਂਡਲਾ ਸਕੂਲ ਤੇ ਆਪਣੇ ਸਰਹਾਲ ਕਾਜੀਆਂ ਸਕੂਲ ਦੇ ਵਿੱਚ ਮੁਕਾਬਲਾ ਹੋਣ ਜਾ ਰਿਹਾ ਇਹ ਟੀਮਾਂ ਜਿਹੜੀਆਂ ਹੈਗੀਆਂ ਇਹ ਨਵੇਂ ਸ਼ਹਿਰ ਜੋਨ ਦੀਆਂ ਟੀਮਾਂ ਆ ਇਹੀ ਜ਼ਿਲ੍ਹੇ ਵਿੱਚੋਂ ਫਸਟ ਸੈਕੰਡ ਆਈਆਂ ਤੇ ਇਹੀ ਗਾਂ ਸਟੇਟ ਪੱਧਰ ਤੇ ਟੀਮਾਂ ਜਾ ਕੇ ਆਈਆਂ ਬਾਕੀ ਜਗਿੰਦਰ ਸਿੰਘ ਬਾਰੇ ਵੀ ਜਾਣਕਾਰੀ ਦੇਣੀ ਬਣਦੀ ਆ ਜਿਹੜੇ ਪਲੇਅਰ ਖੇਡ ਕੇ ਗਏ ਆ ਜਾਂ ਨਵੇਂ ਪਲੇਅਰ ਆਉਂਦੇ ਆ ਇਹਨਾਂ ਦੇ ਕੋਲੋਂ ਹੀ ਖੇਡ ਕੇ ਆਉਂਦੇ ਆ ਬਾਅਦ ਵਿੱਚ ਪਤਾ ਨਹੀਂ ਕੀ ਹੋ ਜਾਂਦਾ ਪਲੇਅਰਾਂ ਨੂੰ ਜਦੋਂ ਇਹ ਛੋਟੇ ਹੁੰਦੇ ਬੜਾ ਕਹਿਣੇਕਾਰ ਹੁੰਦੇ ਆ ਫਿਰ ਜਦੋਂ ਥੋੜਾ ਜਿਹਾ ਓਪਨ ਬਣ ਜਾਂਦੇ ਆ ਫਿਰ ਇਹ ਬੁੱਗਾ ਵੀਰ ਸੁਣਦੇ ਜਿੱਥੇ ਵੀ ਹੋਵੇ ਆਵਾਜ਼ ਸੁਣ ਕੇ ਆ ਮੇਰਾ ਵੀਰ ਬੁੱਗੇ ਵੀਰ ਦੀ ਕਹਿੰਦੇ ਵੇਟ ਕਰ ਰਿਹਾ ਵਿਸ਼ੇਸ਼ ਸਨਮਾਨ ਦੀ ਗੱਲ ਕਰਨੀ ਹੈ ਬੁੱਗਾ ਵੀਰ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਸਟੇਜ ਦੇ ਲਾਗੇ ਪਹੁੰਚਵੇ ਮੱਲੀਆਂ ਸੋ ਮਾਨ ਸਨਮਾਨ ਦੀ ਗੱਲ ਹੋਣੀ ਹੈ ਮੇਰੇ ਤੋਂ ਕਹਿੰਦੇ ਸੱਜੇ ਹੱਥ ਸਰਹਾਲ ਕਾਜੀਆਂ ਤੇ ਮੇਰੇ ਤੋਂ ਖੱਬੇ ਹੱਥ ਸਕੂਲ ਵਾਲੇ ਪਾਸੇ ਜਾਂਡਲਾ ਸਕੂਲ ਦੀ ਟੀਮ ਹੈ ਸਰਹਾਲ ਕਾਜੀਆਂ ਦੇ ਸਕੂਲ ਦੀ ਟੀਮ ਹੈ ਸੋ ਕਹਿੰਦੇ ਦਿਲ ਖਿੱਚਵਾ ਤੇ ਦਿਲ ਫਸਵਾ ਮੈਚ ਹੋਣ ਦੀ ਗੱਲ ਹੋਣੀ ਹੈ ਕਿ ਸਿੰਘ ਫਸ ਗਿਆ ਕੁੰਡੀਆਂ ਤੇਰੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਕੱਲ ਨੂੰ ਇਹਨਾਂ ਵਿੱਚੋਂ ਹੀ ਕਹਿੰਦੇ ਕਬੱਡੀ ਦਾ ਕਿੰਗ ਬੱਗਿਆਂ ਦਾ ਮੰਗੀ ਜਾਂ ਮੁਸੀਆਂ ਵਾਲੇ ਕੁਲਜੀਤ ਦੀ ਗੱਲ ਕਰੇਗਾ ਇਹ ਆ ਸਕੂਲ ਪੱਧਰ ਦੇ ਖਿਡਾਰੀ ਲਓ ਤੁਹਾਡੇ ਸਾਹਮਣੇ ਨੌਜਵਾਨ ਕਹਿੰਦੇ ਟੇਕਿਆ ਧਰਤੀ ਮਾਂ ਨੂੰ ਮੱਥਾ ਲੱਗਾ ਰੱਬ ਨੂੰ ਧਿਆਨ ਲੱਗੋ ਮਾਰੋ ਤਾੜੀਆਂ 6 ਨੂੰ ਦਿਓ ਥਾਪੀ ਧਾਬੀ ਚੱਲਿਆ ਕਬੱਡੀ
ਪੌਣ ਲੋਕੋ ਪ੍ਰੋਫੈਸਰ ਮੱਕੜ ਸਿੰਘ ਹਕੀਮਪੁਰ ਸਾਡੇ ਉਸਤਾਦ ਕਮੈਂਟੇਟਰ ਸੱਚ ਆਖਦੇ ਨੇ ਕਿ ਜ਼ੋਰ ਬੜਾ ਬਸ਼ਰਮ ਆਪਣੀ ਕਹਾਣੀ ਕਹਿੰਦੇ ਆਪ ਵੀ ਰਤ ਜਾਂਦਾ ਹੈ। ਸ਼ੇਰ ਕਹਿੰਦੇ ਜਦੋਂ ਜ਼ਖਮੀ ਹੋਵੇ ਉਹ ਹੋਰ ਖੁੰਖਾਰ ਹੋ ਜਾਂਦਾ। ਮੇਰੇ ਵੀਰਿਓ ਉਸ ਜ਼ਖਮੀ ਸ਼ੇਰ ਦੀ ਤਰ੍ਹਾਂ ਨੌਜਵਾਨ ਤਬਾ ਬੋਲਿਆ ਤੇ ਆਪਣੀ ਟੀਮ ਦੇ ਵਾਸਤੇ ਕਹਿੰਦੇ ਇੱਕ ਅੰਕ ਹੋਰ ਇਜ਼ਾਫਾ ਕਰ ਗਿਆ ਨੌਜਵਾਨ। ਬਹੁਤ ਹੀ ਕਹਿੰਦੇ ਬਿਹਤਰੀਨ ਮੈਚ ਬੁੱਗਾ ਵੀਰ। ਜਲਦੀ ਤੋਂ ਜਲਦੀ ਕਹਿੰਦੇ ਸਟੇਜ ਤੇ ਜਾਵੇ, ਮਾਣ ਸਨਮਾਨ ਦੀ ਗੱਲ ਕਰਨੀ ਹੈ। ਬੁੱਗਾ ਵੀਰ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਉਸਦੇ ਮਾਣ ਸਨਮਾਨ ਦੀ ਗੱਲ ਹੋਣੀ ਹੈ ਸਟੇਜ ਤੇ। ਮੇਰੀ ਵੀਰੇ ਜਲਦੀ ਤੋਂ ਜਲਦੀ ਜਾਵੇ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਅੱਗੇ ਤੇਰੇ ਚਾਰ ਵੀਰੇ, ਇੱਕ ਨੀ ਦੋ ਨੀ ਤਿੰਨ ਨੀ ਅਸੀਂ ਚਾਰ ਹਾਂ ਭਰਾ। ਜਿਹੜਾ ਪੰਗਾ ਚੰਗਾ ਲੱਗਦਾ ਤੂੰ ਉਹ ਨਾ ਪੇਚਾ ਪਾ। ਲਓ ਪੇਚਾ ਪੈ ਗਿਆ, ਉਡਨੇ ਸੱਪ ਦੀ ਤਰ੍ਹਾਂ ਐਨ ਕੇ ਨੌਜਵਾਨ ਨੇ ਪੂਰੀ ਪਕੜ ਬਣਾ ਲਈ ਹੈ ਮੇਰੀ ਵੀਰਿਓ ਕਿ ਦੇਖੋ ਜ਼ੋਰ ਨਾਲ ਕਿੰਜ ਯਾਰੋ ਜ਼ੋਰ ਟਕਰਾਇਆ। ਲੱਗਦਾ ਹੈ ਗੱਬਰ ਨੇ ਕਸੂਤਾ ਪੰਗਾ ਪਾਇਆ, ਪੱਲਾਂ ਵਿੱਚ ਹੀ ਪਤਾ ਲੱਗਾ ਵਾਧੇ ਘਾਟੇ ਦਾ। ਉਹ ਹੰਦੇ ਹੋ ਗਏ ਦੂਰ ਕਿ ਜਿਵੇਂ ਵਡਰ ਵਾਗੇ ਦਾ, ਹੰਦੇ ਹੋ ਗਏ ਦੂਰ ਕਿ ਜਿਵੇਂ ਵਡਰ ਵਾਗੇ ਦਾ। ਉਧਰ ਬਾਰਡਰ ਕਹਿੰਦੇ ਵਾਗੇ ਵਾਲਾ ਬਹੁਤ ਦੂਰ, ਇੱਧਰ ਹੰਦੇ ਵੀ ਨੌਜਵਾਨ ਕਹਿੰਦੇ ਦੂਰ ਘਰ ਤੇ ਸੀ। ਲਓ ਤੁਹਾਡੇ ਸਾਹਮਣੇ ਜੇ ਚੋਟੇ ਜੇ ਕੈਂਚੀਆਂ ਹਮੇ ਉਨੇ ਸੇ ਕਿਆ ਖਾਕ ਰੋਕੇਗੀ। ਉਹ ਜਾਰਾ ਹਮ ਪਰੋਂ ਸੇ ਨਹੀਂ, ਹਮ ਕਹਿੰਦਾ ਹੌਂਸਲ ਥੋੜਾ ਕਰਤੇ ਹੈ, ਹਮ ਜਿਗਰੋਂ ਸੇ ਥੋੜਾ ਕਰਤੇ ਹੈ। ਜਿਗਰੇ ਦੀ ਗੱਲ ਹੋ ਰਹੀ ਹੈ, ਬਿਸ਼ਰਮ ਜ਼ੋਰ ਦੀ ਗੱਲ ਹੋ ਰਹੀ ਹੈ। ਐਨ ਕਹਿੰਦੇ ਪੂਰਾ ਯੰਗ ਬਣਗਾ ਪੂਰਾ ਨੌਜਵਾਨ ਨੇ। ਹੁਣ ਦੇਖਣਾ ਹੋਵੇਗਾ ਕਿ ਨੌਜਵਾਨ ਤੀਆਂ ਸੈਕਿੰਡਾਂ ਵਿੱਚ ਆਪਣੇ ਪਾਲੇ ਵਿੱਚ ਜਾਂਦਾ ਕਿ ਨਹੀਂ ਜਾਂਦਾ। ਉਧਰ ਵਜਦਾ ਹੁੱਟ, ਤੀਆਂ ਸੈਕਿੰਡ ਦੀ ਸਮਾਪਤੀ ਮੇਰੇ ਵੀਰਿਓ। ਲਓ ਤੁਹਾਡੇ ਸਾਹਮਣੇ ਇੱਧਰ ਮਾਨ ਸਨਮਾਨ ਦੀ ਗੱਲ ਕਰਨੀ ਹੈ ਬੁੱਗਾ ਵੀਰ। ਉਸਦਾ ਕਹਿੰਦੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕਰਨਾ ਆਪਾਂ। ਲਓ ਤੁਹਾਡੇ ਸਾਹਮਣੇ ਨਾਲ ਹੀ ਕਬੱਡੀ ਦੀ ਗੱਲ, ਨਾਲ ਹੀ ਬੁੱਗੇ ਵੀਰ ਦੇ ਮਾਨ ਸਨਮਾਨ ਦੀ ਗੱਲ। ਸਮੂਹ ਆਰਗੇਨਾਈਜ਼ ਕਮੇਟੀ ਮੈਂਬਰ ਬੁੱਗੇ ਵੀਰ ਦਾ ਕਹਿੰਦੇ ਮਾਨ ਸਨਮਾਨ ਕਰਨੇ, ਨਾਲ ਦੀ ਨਾਲ ਕਹਿੰਦੇ ਸਵੀਟ ਮੈਮਰੀਜ਼ ਕੈਚ ਹੋ ਰਹੀਆਂ ਜੀ ਕੈਮਰੇ ਵਿੱਚ। ਲੈ ਬਈ ਮਾਮਾ ਦੇ ਬਲੀ ਪੁੱਤ ਕੌਡੀ ਖੇਡ ਕੇ ਬਣ ਜਾਂਦੇ ਨੇ ਸੁਪਰ ਸਟਾਰ ਮਿੱਤਰੋ। ਜਦੋਂ ਕਹਿੰਦੇ ਐ ਨੌਜਵਾਨ ਸੁਪਰ ਸਟਾਰ ਬਣਦੇ ਨੇ, ਲੋਕ ਬੁੱਲੀਆਂ ਦਾ ਚਰਚਾ ਬਣ ਜਾਂਦੇ ਨੇ, ਨਾਲ ਹੀ ਕਹਿੰਦੇ ਲੋਕ ਸੱਥਾਂ ਦੀ ਚਰਚਾ, ਨੌਜਵਾਨ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਮੇਰੇ ਵੀਰੋ। ਮਿਹਨਤਾਂ ਮਾਰਨੀਆਂ ਪੈਂਦੀਆਂ ਨੇ ਤਾਂ ਜਾ ਕੇ ਮਾਣ ਸਨਮਾਨ ਬੰਦੇ ਨੂੰ ਹਾਸਲ ਹੁੰਦੇ ਨੇ ਕਿ ਪੋਹ ਮਾਘ ਦੀਆਂ ਰਾਤਾਂ ਨੂੰ ਪਿੰਡੇ ਤੋਂ ਅਰਦਾਈ ਲਾਉਣੀ ਪੈਂਦੀ ਹੈ, ਉਹ ਚੰਗੀ ਖੁਰਾਕ ਖਾ ਕੇ ਸਿਹਤ ਬਣਾਉਣੀ ਪੈਂਦੀ ਹੈ, ਤਾਂਹੀਓ ਯਾਰਾ ਮੁੱਲ ਪੈਂਦੇ ਨੇ ਖੁਰਾਕਾਂ ਖਾਧੀਆਂ ਦੇ। ਅੱਜ ਕੌਡੀ ਕੌਡੀ ਕਰਦੇ ਫਿਰਦੇ ਉਹ ਪੁੱਤ ਪੰਜਾਬੀਆਂ ਦੇ ਕਿ ਗੁੱਟ ਨੂੰ ਫੜ ਕੇ ਮਾਰੇ ਕੈਂਚੀ ਪ੍ਰੇਮ ਝੰਡੇਰਾਂ ਦਾ, ਕਿ ਖੇਡਣਾ ਖੇਡ ਕਬੱਡੀ ਸ਼ੌਂਕ ਪੰਜਾਬੀ ਸ਼ੇਰਾਂ ਦਾ। ਜੰਗ ਪਲੰਗਾ ਕਹਿੰਦੇ ਪੂਰਾ ਫਿੱਟ ਹੈ ਮੇਰੇ ਵੀਰਿਓ। ਤੀਆਂ ਸੈਕਿੰਡਾਂ ਦੀ ਗੱਲ ਸੀ, ਤਾੜੀ ਹੈ ਨੌਜਵਾਨ ਜ਼ਰੂਰ ਮਾਰਿਓ ਮੇਰੀ ਵੀਰਿਓ। ਬਹੁਤ ਹੀ ਵਧੀਆ ਬੇਟੀ ਅੰਕ ਨੌਜਵਾਨ ਨੇ ਕਹਿੰਦੇ ਜਾੜਲੇ ਵਾਸਤੇ ਹਾਸਲ ਕੀਤਾ ਹੈ। ਇਹਦੇ ਨੌਜਵਾਨ ਕਹਿੰਦੇ ਫਿਰ ਧਾਵਾ ਪਾਉਣ ਦੀ ਜਾਂ ਕਹਿੰਦੇ ਕਬੱਡੀ ਪਾਉਣ ਦੀ ਗੱਲ। ਉਦੋਂ ਦੋ ਨੰਬਰ ਤੋਂ ਨੌਜਵਾਨ ਕਹਿੰਦੇ 440 ਝਟਕੇ ਵਾਂਗੂ ਲੱਤੀ ਜਾ ਵੜਿਆ। ਹੁਣ ਦੇਖਣਾ ਹੋਵੇਗਾ ਕਿ ਤੀਆਂ ਸੈਕਿੰਡਾਂ ਵਿੱਚ ਨੌਜਵਾਨ ਆਪਣੇ ਘਰ ਵਾਪਸੀ ਕਰਦਾ ਕਿ ਨਹੀਂ, ਇਹ ਸਮਾਂ ਹੋਵੇਗਾ। ਫਾਈਨਲ ਮੈਚ ਕਲੱਬਾਂ ਦਾ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ, ਉਹ ਵੀ ਗਰਾਊਂਡ ਦੇ ਵਿੱਚ ਆ ਜਾਣ ਇਸ ਮੈਚ ਤੋਂ ਬਾਅਦ। ਤੁਰੰਤ ਉਹਨਾਂ ਦਾ ਮੈਚ ਕਰਵਾ ਦੇਣਾ ਹੈਗਾ, ਇਹਨਾਂ ਦਾ ਟਾਈਮ ਬਹੁਤ ਘੱਟ ਆ, ਇਸ ਕਰਕੇ ਟੀਮਾਂ ਦੋਨੇ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਪਹੁੰਚਣ ਦੀ ਖੇਚਲ ਕਰਨ ਜੀ। ਠੀਕ ਹੈ ਜੀ, ਫਾਈਨਲ ਮੈਚ ਲਈ ਜੋ ਟੀਮਾਂ ਕਹਿੰਦੇ ਅਨਾਊਂਸ ਨੇ ਉਹ ਬਿਨਾਂ ਦੇਰੀ ਕੀਤਾ ਕਹਿੰਦੇ ਗਰਾਊਂਡ ਦੇ ਲਾਗੇ ਹੋ ਜਾਣ, ਕਿਉਂਕਿ ਉਹ ਸੂਰਜ ਦੇਵਤਾ ਜਾਂ ਆਪਣੀ ਲਾਲੀ ਛੱਡਦਾ ਜਾ ਰਿਹਾ ਹੈ। ਲੇਕਿਨ ਆ ਜੋ ਮੈਚ ਵੀ ਆਪਣੀ ਲਾਲੀ ਛੱਡੇਗਾ ਨਹੀਂ, ਸਮੇਂ ਦੀ ਗੱਲ ਹੋਵੇਗੀ ਮੇਰੀ ਵੀਰੋ। ਤੀਆਂ ਸੈਕਿੰਡਾਂ ਵਿੱਚੋਂ ਕੁਝ ਪਲ ਬੀਤ ਗਏ ਨੇ, ਕੁਝ ਬੀਤਣ ਵਾਲੇ ਨੇ। ਉਧਰ ਮੈਂ ਦੇਖ ਰਿਹਾ ਕਿ ਲੱਗ ਰਿਹਾ ਯੋਰ ਚੱਲ ਰਿਹਾ, ਚੱਪਾ ਚੱਪਾ ਚਰਖਾ ਹੋ ਗਈ ਹੈ ਮੇਰੇ ਵੀਰੋ ਕਬੱਡੀ ਦੀ। ਮਾਂ ਖੇਡਦੀ ਬੱਲੇ ਬੱਲੇ, ਮਾਂ ਖੇਡ ਕਬੱਡੀ ਪੂਰੇ ਜੋਬਨ ਤੇ। ਇੱਧਰ ਆ ਨੌਜਵਾਨ ਪੂਰੇ ਜੋਬਨ ਤੇ, ਬਹੁਤ ਹੀ ਵਧੀਆ ਕਿ ਲੋਕੋ ਫਾਣੇ ਸੌਖੇ ਨਹੀਂ, ਉੱਡਣੇ ਸੱਪ ਮਿਰਗ ਦੀ ਲੱਤ ਕਬੂਤਰ ਚੀਨੇ। ਲੇਕਿਨ ਆ ਤੁਹਾਡੇ ਸਾਹਮਣੇ ਕਹਿੰਦੇ ਨੌਜਵਾਨ ਪੂਰਾ ਕਹਿੰਦੇ ਐਨ ਗੁੱਟ ਤੋਂ ਫੜ ਕੇ ਕਹਿੰਦੇ ਲਾਈ ਹੋਈ ਕੈਂਚੀ ਪੂਰਾ ਕਹਿੰਦੇ ਸ਼ਿਕੰਜਾ ਕੱਸਿਆ ਨੌਜਵਾਨ ਨੇ। ਹੁਣ ਦੇਖਣਾ ਹੋਵੇਗਾ
कि नौजवान इस शिकंजे चो निकल पाता कि नहीं, ये मालकी जानता मेरी वीरियो उस डाढ़ दी गल्लां ने, उस सच्चे पातशाह दी गल्लां ने, लेकिन इस वक्त तीन सैकड़ा विचों कहिंदे कुजैन पूरे तीन सैकड़ा भी नौजवान ने पूरी पकड़ बना के रखी ते नहीं जान दिता। इस वक्त सफलता कहिंदे जाफी दे कदम चुंगदी होई इधर नौजवान ने कहिंदे फिर धावा बोल दिता है जाड़ली तरफों। लो थोड़े सामने के जिगरा करके सामने खड़ के पुत्रिया सान सिंघां तों फड़ के राजे खेले हुण पंजाबी रखदे ने जिगरा कौडी खेडण दा, ਉਹ ਰਾਜੇ ਖੇਲੇ ਹੁਣ ਪੰਜਾਬੀ ਰੱਖਦੇ ਨੇ ਜਿਗਰਾ ਖੇਡਣ ਦਾ। ਲੋ ਕਬੱਡੀ ਖੇਡਣ ਦੇ ਬਹੁਤ ਹੀ ਜਿਗਰੇ ਦੀ ਗੱਲ, ਬਹੁਤ ਹੀ ਮਿਹਨਤ ਦੀ ਗੱਲ, ਤਾਂ ਦਾ ਕਿ ਸੁਪਰ ਸਟਾਰਾਂ ਵਿੱਚ ਮਲਸੀਆਂ ਦੇ ਕੁਲਜੀਤ ਵਾਂਗਰਾਂ ਜਾਂ ਕਹਿੰਦੇ ਲਲੀਆਂ ਦੇ ਸੰਦੀਪ ਵਾਂਗਰਾਂ ਜਾਂ ਕਹਿੰਦੇ ਲੱਖੇ ਗਾਜੀਪੁਰਾਂ ਵਾਂਗਰਾਂ ਬਹੁਤ ਹੀ ਮਿਹਨਤ ਦੀ ਗੱਲ ਹੈ ਮੇਰੇ ਵੀਰੋ, ਤਾਂ ਦਾ ਕਿ ਸਫਲਤਾ ਮਿਲਦੀ ਹੈ, ਸਫਲਤਾ ਕਦਮ ਚੁੰਮਦੀ ਹੈ ਨੌਜਵਾਨ। ਉਹ ਇੱਧਰ ਬਹੁਤ ਹੀ ਵਧੀਆ ਕਹਿੰਦੇ ਹਲਕਾ ਟੱਚ ਸਰਾਲ ਕਾਰਜਾਂ ਨੇ ਨੌਜਵਾਨ ਕਹਿੰਦੇ ਇੱਕ ਅੰਕ ਦਾ ਹੋਰ ਇਜ਼ਾਫਾ ਕਰਤਾ ਮੇਰੇ ਵੀਰੋ। ਲੈ ਬਈ ਸਿੱਖੀ ਸਰੂਪ ਕਹਿੰਦੇ ਨੌਜਵਾਨ ਦਾ ਕੈਮ ਹੈ ਕਿ ਬਾਕੀ ਸਾਰੇ ਘੋਨੇ ਮੋਨੇ ਯਾਰੋ ਮੈਂ ਸਿੱਖ ਸਰਦਾਰ, ਉਹ ਬਾਕੀ ਸਾਰੇ ਘੋਨੇ ਮੋਨੇ ਯਾਰੋ ਮੈਂ ਸਿੱਖ ਸਰਦਾਰ। ਲੋ ਸਿੱਖ ਸਿੱਖੀ ਸਰੂਪ ਕਹਿੰਦੇ ਭਾਈ ਕਬੱਡੀ ਨਾਲ ਹੀ ਕਹਿੰਦੇ ਇੱਕ ਅੰਕ ਜਾਟਲੇ ਦੇ ਵਾਸਤੇ ਕਹਿੰਦੇ ਹੋਰ ਜੁੜ ਦਿੱਤਾ ਹੈ। ਇਹਦੇ ਨੌਜਵਾਨ ਦੇ ਕਹਿੰਦੇ ਲੱਗੀਆਂ ਹੋਈਆਂ ਟੇਪਾਂ ਇਸ ਗੱਲ ਦਾ ਸਬੂਤ ਨੇ ਕਿ ਮੁੱਲ ਨਹੀਂ ਉਹ ਪੈਂਦਾ ਕਾਰਤੂਸ ਚੱਲੇ ਦਾ, ਕੌਡੀ ਲੱਖ ਲੱਖ ਦੀ ਜਫਾ ਕੱਲੇ ਕੱਲੇ ਦਾ, ਕੌਡੀ ਲੱਖ ਲੱਖ ਦੀ ਜਫਾ ਕੱਲੇ ਕੱਲੇ ਦਾ। ਚਲਾ ਹੋਇਆ ਚੱਪਾ ਚੱਪਾ ਚਰਖਾ ਹੋਈ ਹੋਈ ਝੜਪ ਮੇਰੇ ਵੀਰੋ, ਹੁਣ ਦੇਖਣਾ ਹੋਵੇਗਾ ਕਿਹੜਾ ਨੌਜਵਾਨ ਇਸ ਝੜਪ ਚੋਂ ਜਿੱਤ ਹਾਸਲ ਕਰਦਾ ਹੈ। ਇਸ ਮਤਲਬ ਜੋ ਸਫਲਤਾ ਮੇਰੇ ਵੀਰੋ, ਉਹ ਕਹਿੰਦੇ ਧਾਵੀ ਦੇ ਕਦਮ ਚੁੰਮਦੀ ਹੋਈ ਇੱਕ ਬੇਹਤਰੀਨ ਅੰਕ ਦਾ ਇਜ਼ਾਫਾ ਨੌਜਵਾਨ ਹੋਰ ਕੁਰਤਕਾ ਆਪਣੀ ਟੀਮ ਦੇ ਵਾਸਤੇ ਸਰਾਲ ਕਾਜੀਆਂ ਵਾਸਤੇ। ਕਿ ਜਿਵੇਂ ਸਿੱਪੀ ਦੇ ਵਿੱਚੋਂ ਪੈਦਾ ਹੁੰਦੇ ਮੋਤੀ, ਇਵੇਂ ਤੁਰਨ ਗੱਲਾਂ ਜਿੱਤੇ ਰਣਦੀਆਂ ਨੇ। ਜਦੋਂ ਕੋਈ ਜਾਵਰ ਜਨਤਾ ਤੇ ਜ਼ੁਲਮ ਕਰਦਾ ਫਿਰ ਵੀਰਾਂ ਦੀਆਂ ਤੇਗਾਂ ਤਣਦੀਆਂ ਨੇ। ਇੱਕ ਇੱਕ ਲਾਲ ਤੋਂ ਲੱਖਾਂ ਦਾ ਹਾਰ ਬਣਦਾ, ਕੌਮਾਂ ਨਾਲ ਕਰਮਨੀਆਂ ਦੇ ਬਣਦੀਆਂ ਨੇ। ਬੱਚੇ ਸ਼ੇਰ ਨਹੀਂ ਦੇ ਹੁੰਦੇ ਕਈ ਦੋਸਤੋ, ਪਰ ਛਿਣੀ ਮਮਾ ਬੱਬਰ ਸ਼ੇਰ ਇੱਕ ਜਾਣਦੀਆਂ ਨੇ, ਪਰ ਛਿਣੀ ਮਮਾ ਬੱਬਰ ਇੱਕ ਸ਼ੇਰ ਇੱਕ ਹੀ ਜਾਣਦੀਆਂ ਨੇ। ਇਹ ਛਿਣੀ ਮਮਾ ਦੇ ਕਹਿੰਦੇ ਬੱਬਰ ਸ਼ੇਰਾਂ ਦੀ ਗੱਲ ਹੈ ਮੇਰੇ ਵੀਰੋ। ਜਿਗਰਾ ਕਹਿੰਦੇ ਸ਼ੇਰ ਤੋਂ ਮਹਾਨ ਹੋਵੇ, ਜਾਵੇ ਨਾ ਸਰੀਰ ਤੋਂ ਚੁੰਡੀ ਵੱਡੀ ਮਿੱਤਰੋ, ਫੇਰ ਜਾਂਦੀ ਖੇਡੀ ਹੈ ਕਬੱਡੀ ਮਿੱਤਰੋ, ਫੇਰ ਜਾਂਦੀ ਕੱਢੀ ਹੈ ਖੇਡੀ ਮਿੱਤਰੋ। 27-28 ਫਰਵਰੀ ਦੁਸਾਂਝ ਕਲਾਂ ਦੇ ਕਹਿੰਦੇ ਖੇਡ ਮਿਲਣ ਲਈ ਤਰੀਕਾ ਨੇ ਮੇਰੇ ਵੀਰੋ, ਤੇ 9 ਮਾਰਚ ਭਰੋ ਮਜ਼ਾਰਾ ਦੇ ਖੇਡ ਮਿਲਣ ਦੀ ਗੱਲ, ਤੇ 16-17 ਫਰਵਰੀ ਪਿੰਡ ਮਾਣਕ ਘੁੰਮਣ ਦੇ ਖੇਡ ਮੇਲੇ ਦੀ ਗੱਲ। ਇੱਧਰ ਪੂਰਾ ਯੰਗ ਪਿੰਡਾਂ ਪੂਰਾ ਕਹਿੰਦੇ ਸ਼ਿਕੰਜਾ ਕੱਸਿਆ ਹੋਇਆ, ਜਦੋਂ ਕਹਿੰਦੇ ਕੈਂਚੀ ਲੱਗ ਜਾਵੇ ਫਿਰ ਕਹਿੰਦੇ ਗੱਲ ਔਖੀ ਹੋ ਜਾਂਦੀ ਹੈ। ਸੋ ਉਸੇ ਗੱਲ ਨੂੰ ਕਹਿੰਦੇ 16 ਨੇ ਸੱਚ ਕਰ ਦਿੱਤਾ ਨੌਜਵਾਨ ਨੇ, ਇੱਕ ਅੰਕ ਆਪਦੀ ਟੀਮ ਵਾਸਤੇ ਜਾੜਲੇ ਦੇ ਵਾਸਤੇ ਹੋਰ ਜੋੜ ਦਿੱਤਾ ਨੌਜਵਾਨ ਨੇ। ਲਓ ਤੁਹਾਡੇ ਸਾਹਮਣੇ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਸੱਚ ਆਖਦੇ ਨੇ ਕਿ ਜਦੋਂ ਜ਼ੋਰ ਕਹਿੰਦੇ ਪੂਰਾ ਨਿਸ਼ਾਇਆ ਹੋਵੇ, ਜਵਾਨੀ ਪੂਰੀ ਨਿਸ਼ਾਈ ਹੋਵੇ, ਫਿਰ ਕਹਿੰਦੇ ਯਾ ਜਾਂਦੀ ਗੱਲ ਨਾ ਹੋ ਜਾਵੇ। ਦੇਖੋ ਪੰਜਾਬੀ ਵੀਰੋ, ਕਿਤੇ ਯਾ ਜਾਂਦੀ ਗੱਲ ਨਾ ਹੋ ਜਾਵੇ। ਇਹ ਨੌਜਵਾਨ ਕਹਿੰਦੇ ਇਸ ਵਕਤ ਬਿਜਲੀ ਤੋਂ ਵੱਧ ਫੁਰਤੀਲੇ ਨੇ, ਬਹੁਤ ਹੀ ਜੋਸ਼ੀਲੇ ਨੇ ਤੇ ਬਿਜਲੀ ਤੋਂ ਵੱਧ ਫੁਰਤੀਲੇ ਨੇ। ਜ਼ੋਰ ਬੜਾ ਬਸ਼ਰਮ ਆਪਣੀ ਕਹਾਣੀ ਕਹਿੰਦੇ ਆਪ ਹੀ ਰਚ ਜਾਂਦਾ ਹੈ। ਉਸ ਬਸ਼ਰਮ ਦੀ ਜ਼ੋਰ ਦੀ ਗੱਲ, ਉਸ ਕੌਡੀ ਖੋੜ ਦੀ ਗੱਲ ਕਿ ਮੁੱਲ ਨਹੀਂ ਉਹ ਪੈਣਾ ਕਾਰਤੂਸ ਚੱਲੇ ਦਾ, ਕੌਡੀ ਲੱਖ ਲੱਖ ਦੀ ਜਫਾ ਕੱਲੇ ਕੱਲੇ ਦਾ। ਹੁਣ ਤਾਂ ਕਹਿੰਦੇ ਕੌਡੀ ਕਰੋੜਾਂ 'ਚ ਹੋ ਗਈ ਹੈ ਮੇਰੇ ਵੀਰੋ। 4 ਵਿਸ਼ਵ ਕੱਪਾਂ ਦੀ ਗੱਲ ਜਾਂ ਕਹਿ ਲਈਏ ਵੇਵ ਵਰਲਡ ਕਬੱਡੀ ਦੀ ਗੱਲ, ਲੇਕਿਨ ਆਹ ਨੌਜਵਾਨ ਕਹਿੰਦੇ ਗੱਲ ਵੱਖਰੀ ਕਰਦਾ ਹੈ। ਬਹੁਤ ਹੀ ਵਧੀਆ ਅੰਦਾਜ਼ ਹੈ ਇਸ ਨੌਜਵਾਨ ਦਾ, ਬਹੁਤ ਹੀ ਵਧੀਆ ਬੇਹਤਰੀਨ ਅੰਦਾਜ਼ ਹੈ ਇੱਕ ਨੌਜਵਾਨ ਨੇ। ਇੱਕ ਅੰਕ ਆਪਣੀ ਟੀਮ ਦੇ ਵਾਸਤੇ ਹੋਰ ਜੋੜ ਦਿੱਤਾ ਮੇਰੇ ਪੰਜਾਬੀ ਵੀਰੋ। ਜੇ ਤੁਹਾਨੂੰ ਇਸ ਮੈਚ ਦਾ ਪੂਰਾ ਆਨੰਦ ਆ ਰਿਹਾ ਤਾਂ ਤਾੜੀ ਜ਼ਰੂਰ ਮਾਰਿਓ ਦੋਵਾਂ ਟੀਮਾਂ ਨਾਂ ਤੇ, ਕਿਉਂਕਿ ਮੈਚ ਪੂਰਾ ਗਰਮਾਇਆ ਹੋਇਆ, ਜਵਾਨੀ ਪੂਰੀ ਗਰਮਾਈ ਹੋਈ। ਜ਼ੋਰ ਨੱਚਦਾ ਜਵਾਨੀ ਨੱਚਦੀ, ਕਹਿੰਦੇ ਜ਼ੋਰ ਨੱਚਦਾ ਗਵਾਂਢੀਆਂ ਦੇ ਕੋਠੇ ਉੱਤੇ ਮੋਰ ਨੱਚਦਾ ਹੈ। ਪਰ ਇੱਧਰ ਇਸ ਵਕਤ ਨੇ ਕਿ ਨੌਜਵਾਨ ਨੇ ਪੂਰਾ ਯੰਗ ਬਣਗਾ ਪੂਰਾ ਕਹਿੰਦੇ ਸ਼ਿਕੰਜਾ ਕੱਸ ਦਿੱਤਾ ਹੈ। ਹੁਣ ਕਹਿੰਦੇ ਗੱਲ ਔਖੀ ਹੋਵੇਗੀ, ਹੁਣ ਐਲਾਨ ਹੋਵੇਗਾ, ਹੁਣ ਪਾਰ ਉਤਾਰੇ ਹੋਣਗੇ, ਇਹ ਸਮਾਂ ਹੀ ਦੱਸੇਗਾ। ਕਿਉਂਕਿ ਭਾਈ ਵੀਰ ਸਿੰਘ ਜੀ ਸੱਚ ਆਖਦੇ ਨੇ ਕਿ ਮੈਂ ਫੜ ਫੜ ਰਹੀ ਤਰੇਕ, ਸਮੇਂ ਖਿਸਕਾਈ ਕੰਨੀ,
रही वास्ते कत समय कहना मनी समा अपने वेग विच इधर मैं तो अपने वेग विच ये बिजली तो पद फुरतीले ने गभरू बहुत ही जोशीले ने अंत कहते साल तत्ते जवानी कहते इस वक्त उड उड कर दी फिर दी है एन कहते त्रासे सुइया की गल लाइया हुई मेहनत की गल लाइया डंड बैठक की गल लाइया स्प्रिंटा की गल हो रही है मेरे बिरो पेड़े हुए डंडा की गल हो रही है त्रासे शरीर इस वक्त इस खेड मैदान का शिंगार बने हुए ने नवा कबड्डी कप नवा टूरनामेंट सराणु धरती जिथे कलू कहते अंतरराष्ट्रीय खिडारी पाला जलालपुर जां कहिंदे कबड्डी दा किंग बगियां दा मंगी जां कहिंदे विश्व बेब वर्ल्ड कबड्डी लीग दी गल 17 जफ्फियां दी गल कीती है नंगल अंबियां दा संदीप जां कहिंदे संदीप नंगल अंबियां जां संदीप लूटर दी गल इस पंजाब दी मां खेड कबड्डी दी गल कीती है 1.25 लाख दा जफ्फा रुड़की दे सौण दे सिया मेरे वीरो मठड्डे दी धरती कुलजीत ते मलसिया नू 1.25 लाख दा जफ्फा लाया नौजवान ने रुड़की दा सौण मेरे वीरो कल नू इस कहिंदे मैदान दा शिंगार जां कहिंदे वर्ल्ड कप दी गल संदीप सुरखपुर दी गल होवेगी कहिंदे टीम दी कप्तानी कीती ते नाल कहिंदे अंक नाल कहिंदे टीम नू हेलो हेलो विश्व कप जो होया सी मैच विच जित वी दवाई लो हाफ समय दी गल आपां अंकां दा वेरवा सांझा करांगे लो मेरे पंजाबी वीरो इस वक्त जो ये मैच चल रहा है इस विच 9 अंक जाडला ते 14 साढ़े 14 अंक सराल काजिया साढ़े 5 अंक का जो बखरेवा आ साढ़े 5 अंक ना इस वक्त जो सराल काजी टीम में तो सदी हथ लीड कर रही है इस मैच विच लो हाफ समय तो बाद हेलो हेलो क्लबां नू असीं बेनती करदे आं भाई मैच खत्म होण दे वल जा रहा ਤਾਂ ਤੁਸੀਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਪਹੁੰਚ ਜਾਣ ਤਾਂ ਜੋ ਮੈਚ ਕਰਵਾਇਆ ਜਾ ਸਕੇ ਸਕੂਲਾਂ ਦੇ ਬੱਚਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਬਈ ਜਦੋਂ ਤੁਹਾਡਾ ਮੈਚ ਖਤਮ ਹੁੰਦਾ ਨਾਲ ਲੱਗਦੇ ਪ੍ਰਾਈਜ਼ ਲੈ ਕੇ ਜਾਇਓ ਸਮਝੀ ਗੱਲ ਓਕੇ ਆ ਜਾਓ ਜੀ ਕਲੱਬਾਂ ਵਾਲੇ ਵੀ ਹੁਣ ਇਹਦਾ ਮੈਚ ਖਤਮ ਹੋਣ ਵੱਲ ਜਾ ਰਿਹਾ ਆ ਜਾਓ ਚਲੋ ਬਈ ਚਲੋ ਪੱਕੇ ਤੁਸੀਂ ਵੀ ਆਇਓ ਨੌਜਵਾਨ ਕਹਿੰਦੇ ਕਬੱਡੀ ਪਾਵੇਗਾ ਜੋਤਾ ਨਾਮ ਐ ਇਸ ਗੱਭਰੂ ਦਾ ਕਹਿੰਦੇ ਟੇਕਿਆ ਧਰਤੀ ਮਾਂ ਨੂੰ ਮੱਥਾ ਐਨ ਕਹਿੰਦੇ ਮਾਲਕ ਨੂੰ ਧਿਆਇਆ ਕਿ ਮਾਲਕਾ ਮੇਰੀ ਲਾਜ ਰੱਖੀ ਮੇਰੀ ਪੱਤ ਰੱਖੀ ਲਓ ਹਲਕੇ ਦੇ ਟੱਚ 2 ਨੰਬਰ ਤੇ ਕੀਤਾ ਹੈ ਲੇਕਿਨ ਵੱਖਰੀ ਹੀ ਗੱਲ ਵੱਖਰਾ ਹੀ ਅੰਦਾਜ਼ ਹੈ ਨੌਜਵਾਨ ਦਾ ਕਹਿੰਦੇ ਸੁਖੀ ਸੰਧੀ ਆਪਣੇ ਘਰ ਵਾਪਸ ਨੌਜਰ ਪਰਤ ਗਿਆ ਹੈ ਇੱਕ ਅੰਕ ਦਾ ਹੋਰ ਇਜ਼ਾਫਾ ਕਰ ਗਿਆ ਆਪਣੀ ਟੀਮ ਦੇ ਵਾਸਤੇ ਜਾੜਲੇ ਵਾਸਤੇ ਲੋ ਕਹਿੰਦੇ ਇਸ ਨੌਜਵਾਨ ਨੇ ਕਹਿੰਦੇ ਦੋਵੇਂ ਗੋਡਿਆਂ ਤੇ ਟੇਪਾਂ ਲਾਈਆਂ ਹੋਈਆਂ ਨੇ ਲੇਕਿਨ ਜਿਗਰਾ ਕਹਿੰਦੇ ਸ਼ੇਰ ਤੋਂ ਮਹਾਨ ਹੈ ਜਿਗਰਾ ਸੀਨੇ ਵਿੱਚ ਸੋ ਇਸ ਕਰਕੇ ਜਿਗਰੇ ਨਾਲ ਕਹਿੰਦੇ ਕਬੱਡੀ ਪਾ ਦਿੱਤੀ ਹੈ ਅੱਗੇ 4 ਵੀਰ 1 ਨਹੀਂ 2 ਨਹੀਂ 3 ਨਹੀਂ ਸੀ 4 ਹਾਂ ਭਰਾ ਜਿਹੜਾ ਚੰਗਾ ਲੱਗਦਾ ਤੂੰ ਉਹ ਨਾ ਪੰਗਾ ਪਾ ਲੋ ਪੰਗਾ ਪੈ ਗਿਆ ਮੇਰੇ ਵੀਰੋ ਪੇਚੇ ਪੈ ਗਏ ਨਾਲ ਬਗਾਨੇ ਪਤਾ ਲੱਗ ਜੂ ਜੇ ਮੈਦਾਨੇ ਯਾਰ ਉਹ ਖੁਰਾਕਾਂ ਖਾਧੀਆਂ ਦੇ ਕਿ ਅੱਜ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਕਿ ਅੱਜ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਅੱਜ ਕਹਿੰਦੇ ਕੌਡੀ ਖੇਡ ਸਾਬਣਦਾਨੀਆਂ ਚ ਬੁਲਾਣਾ ਤੱਕ ਸੀਮਤ ਨਹੀਂ ਰਹੀ ਮੇਰੇ ਵੀਰੋ ਕਾਰਾਂ ਦੀ ਗੱਲ ਹੁੰਦੀ ਹੈ ਸਫਾਰੀਆਂ ਦੀ ਗੱਲ ਹੁੰਦੀ ਹੈ ਫਾਈਨਲ ਮੈਚ ਲਈ ਦੋਵੇਂ ਟੀਮਾਂ ਬਿਨਾਂ ਦੇਰੀ ਕੀਤੀਆਂ ਮੈਦਾਨ ਵਿੱਚ ਆਜਣ ਨਹੀਂ ਤਾਂ ਕਹਿੰਦੇ ਆਰਗੇਨਾਈਜ਼ ਕਮੇਟੀ ਦਾ ਫੈਸਲਾ ਕਿ ਦੋਵੇਂ ਟੀਮਾਂ ਸਕ੍ਰੈਚ ਕਰ ਕੇ ਜਾਣਗੀਆਂ ਇਹ ਆਰਗੇਨਾਈਜ਼ ਕਮੇਟੀ ਦਾ ਫੈਸਲਾ ਹੈ ਮੇਰੇ ਵੀਰੋ ਸਮਝਣਾ ਤੂੰ ਸਮਝਣਾ ਹੋਵੇਗਾ ਕਿਉਂਕਿ ਸੂਝ ਦੇਵਤਾ ਆਪਣੀ ਲਾਲੀ ਛੱਡ ਚੁੱਕਾ ਹੈ ਮੇਰੇ ਵੀਰੋ ਇਸ ਕਰਕੇ ਲਾਈਟਾਂ ਦੇ ਪ੍ਰਬੰਧ ਵਿੱਚ ਮੈਚ ਹੋਵੇਗਾ ਇਹ ਆਸ ਬਣਦੀ ਜਾ ਰਹੀ ਹੈ ਕਿਉਂਕਿ ਸੂਰਜ ਦੇਵਤਾ ਆਪਣੀ ਲਾਲੀ ਛੱਡਦਾ ਜਾ ਰਿਹਾ ਮੇਰੇ ਵੀਰੋ ਕਿ ਸੂਰਜ ਹੂੰ ਜ਼ਿੰਦਗੀ ਕਾ ਹਲੋ ਯੂੰ ਹੀ ਨਹੀਂ ਡਲ ਜਾਊਗਾ ਦੋਹਾਂ ਟੀਮਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਉਹ ਤੁਰੰਤ ਗਰਾਊਂਡ ਦੇ ਵਿੱਚ ਆ ਜਾਣ ਜੇਕਰ ਮੈਚ ਖਤਮ ਹੁੰਦੇ ਸਾਰ ਗਰਾਊਂਡ ਦੇ ਵਿੱਚ ਨਹੀਂ ਆਏ ਤਾਂ ਦੋਨੇ ਟੀਮਾਂ ਜਿਹੜੀਆਂ ਆ ਕਮੇਟੀ ਦਾ ਫੈਸਲਾ ਆਵੇ ਸਕ੍ਰੈਚ ਕਰ ਦਿੱਤੀਆਂ ਜਾਣਗੀਆਂ ਫਿਰ ਦੁਆਰਾ ਬੇਨਤੀ ਆ ਕਮੇਟੀ ਵੱਲੋਂ ਟੂਰਨਾਮੈਂਟ ਕਮੇਟੀ ਵੱਲੋਂ ਬਈ ਦੋਨੇ ਟੀਮਾਂ ਤੁਰੰਤ ਗਰਾਊਂਡ ਦੇ ਵਿੱਚ ਆ ਜਾਣ
जेकर मैच खत्म होंदे सार ग्राउंड विच नहीं आईआं तां दोनों टीमां स्क्रैच कर दित्तियां जाणगियां। इह कमेटी दा फैसला हैगा। खिडारी वीरां नूं बेनती है कि आपां समें दी कदर करना सिखीए। सो अनुशासन च रह के आपां बिना देरी कीतियां आउंदे ही पलां विच ग्राउंड दे नजदीक आ जाईए तां कि जो मैच है वधिया तरीके नाल कराया जा सके। सो दोवें टीमां नूं बेनती कि जो लास्ट मैच फाइनल मैच बिना देरी कीता आपां स्टार्ट कीता जा सके। दोवें टीमां नूं बेनती कि टीमां बिना देरी कीता मैदान दे लागे आ जाण। लो इस वक्त हल्का जिहा टच है, तीआं सैकिंडां दी गल होणी है मेरे वीरियो कि मैं फट फट रही तरीक समय इक सकाई कन्नी रही वास्ते कत समय इक ना मन्नी। लो थोड़े सामने जोता वीर एक बार फिर कहिंदे कबड्डी पाउण लई अगे वधिया होया। उधर तीआं सैकिंडां दे विचों कुछ पल बीत गए ने, कुछ बीतण वाले ने। लो थोड़े सामने हल्का हल्का परछावा भी पिछे नूं हटदा जा रहा है। मैं वेख रहा कि नौजवान ने गुट नूं फड़ के कैंची ला दित्ती है, पूरा यंग बणगा फिट कर दित्ता है नौजवान ने। हुण देखणा होगा इस यंग बणगे च नौजवान निकल पाउंदा कि नहीं, क्योंकि थोड़े सामने जदों कहिंदे कबड्डी विच कैंची लग जावे तां गल औखी, लेकिन उस गल नूं सच साबित करदा नौजवान ने। ਅਸੀਂ ਫੇਰ ਕਮੇਟੀ ਮੈਂਬਰਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਲੱਬਾਂ ਨੂੰ ਉਹ ਤੁਰੰਤ ਗਰਾਊਂਡ ਦੇ ਵਿੱਚ ਆ ਜਾਣ ਤਾਂ ਜੋ ਫਾਈਨਲ ਮੈਚ ਕਰਾਇਆ ਜਾ ਸਕੇ। ਬਾਕੀ ਇਸ ਮੈਚ ਤੋਂ ਬਾਅਦ ਤੁਰੰਤ ਮੈਚ ਕਰਾਉਣਾ ਹੈਗਾ, ਆ ਜਾਓ। ਬਾਕੀ ਜਦੋਂ ਕੋਈ ਰੈਫਰੀ ਦਾ ਫੈਸਲਾ ਜਾਂ ਕੋਈ ਕਮੇਟੀ ਕਹਿੰਦੀ ਹੈ ਫਿਰ ਸਾਰੇ ਪਲੇਅਰ ਲੜਦੇ ਆ ਕੇ, ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਮੈਚ ਜਿਹੜਾ ਬਈ ਲੋਈ ਲੋਈ ਕਰਵਾਇਆ ਜਾ ਸਕੇ। ਆਉਂਦਾ ਇਹ ਸਵਾਦ ਪੰਜਾਬੀਆਂ ਨੂੰ ਕਬੱਡੀ ਵੇਖ ਕੇ, ਜਦੋਂ ਮੁੜਦਾ ਹੈ ਰੇਡ ਰੰਗ ਲੈ ਕੇ ਤਾਂ ਦੁਨੀਆ ਪੈਂਦੀ ਹੈ ਨੱਚ। ਮਿੱਤਰੋ ਕਬੱਡੀ ਹੈ ਪੰਜਾਬੀਆਂ ਦੀ ਮਾਂ ਖੇਡ, ਇਹ ਵੀ 16 ਆਨੇ ਗੱਲ ਸੱਚ। ਮਿੱਤਰੋ ਕਬੱਡੀ ਹੈ ਪੰਜਾਬੀਆਂ ਦੀ ਮਾਂ ਖੇਡ, ਇਹ ਵੀ 16 ਆਨੇ ਗੱਲ ਸੱਚ। ਮਿੱਤਰੋ ਮਾਪੇ ਜਨਮ ਦਿੰਦੇ ਕਰਮ ਰੱਬ ਦਿੰਦਾ, ਉੱਥੇ ਗੁਰੂ ਦਾ ਹੈ ਤੀਜਾ ਸਥਾਨ ਬਣਦਾ। ਰੱਖੀ ਸ਼ੁਰੂ ਤੋਂ ਚੰਗੀ ਨੀਂਹ ਹੋਵੇ ਤਾਂ ਉਸਦੇ ਉੱਪਰ ਚੰਗਾ ਮਕਾਨ ਬਣਦਾ। ਕੁਦਰਤ ਨਾਲ ਹੀ ਬੰਦਾ ਵਾਜ ਜਿੱਤਦਾ ਏ, ਔਰ ਫਿਰ ਉਹ ਮਾਪਿਆਂ ਦੇ ਦਿਲਾਂ ਦੀ ਸ਼ਾਨ ਬਣਦਾ। ਮਿਹਰ ਹੋਵੇ ਜਿਸ ਤੇ ਮਿਹਰ ਦੀਨਾ, ਬੰਦਾ ਆਣ ਕੇ ਗਰਾਊਂਡ 'ਚ ਭਲਵਾਨ ਬਣਦਾ ਹੈ। ਮਿਹਰ ਹੋਵੇ ਜਿਸ ਤੇ ਮਿਹਰ ਦੀਨਾ, ਬੰਦਾ ਆਣ ਕੇ ਗਰਾਊਂਡ 'ਚ ਭਲਵਾਨ ਬਣਦਾ ਹੈ। ਲਓ ਸੁਰਤਾਲ 'ਚ ਘੁੰਮਦੀ ਹੋਈ ਚੈਨ ਨਹੀਂ, ਪ੍ਰੋਫੈਸਰ ਮੱਖਣ ਸਿੰਘ ਸੱਚ ਹੀ ਆਖਦੇ ਨੇ ਕਿ ਲੋਕੋ ਫਨ ਨਹੀਂ ਸੌਖੇ ਨਹੀਂ, ਉੱਡਣੇ ਸੱਪ ਮਿਰਗ ਦੀ ਲੱਤ ਕਬੂਤਰ ਚੀਨੇ। ਨੌਜਵਾਨ ਕਹਿੰਦੇ ਹਲਕਾ ਟੱਚ ਨਾਲ ਹੀ ਨੌਜ ਸ਼ੂਟ ਵਰਤੀ ਹੈ ਹੰਧਿਆਂ 'ਚ ਮੇਰੇ ਵੀ ਆਣ ਕੇ, ਬਹੁਤ ਹੀ ਵਧੀਆ ਇੱਕ ਹੋਰ ਅੰਕ ਦਾ ਇਜ਼ਾਫਾ। ਜਿਹੜੀ ਟੀਮ ਪਹਿਲਾਂ ਗਰਾਊਂਡ ਵਿੱਚ ਆਵੇਗੀ ਉਸ ਨੂੰ ਹੀ ਅਸੀਂ ਟੌਸ ਜੇਤੂ ਮੰਨਿਆ ਜਾਣਾ ਹੈਗਾ। ਇਸ ਕਰਕੇ ਟੀਮਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਉਹ ਵੀ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਜੋ ਉਹਨਾਂ ਦਾ ਮੈਚ ਸਮੇਂ ਸਿਰ ਖਤਮ ਕੀਤਾ ਜਾ ਸਕੇ। ਲਓ ਮੇਰੇ ਵੀਰ ਇਸ ਵਕਤ ਚੱਲਦਾ ਹੋਇਆ ਕਹਿੰਦੇ ਚੱਪਾ ਚੱਪਾ ਚਰਖਾ ਕੁਲਾੜੀ ਵਿੱਚ ਆਈ ਹੋਈ ਬਾਂਹ ਕਿ ਵੈਦਾ ਮੇਰੀ ਬਾਂਹ ਛੱਡ ਦੇ ਤੇਰੇ ਵਸ ਦਾ ਰੋਗ ਨਾ ਕੋਈ, ਕਿ ਵੈਦਾ ਮੇਰੀ ਬਾਂਹ ਛੱਡ ਦੇ ਤੇਰੇ ਵਸ ਦਾ ਰੋਗ ਨਾ ਕੋਈ। ਲਓ ਉਸ ਕਹਾਣੀ ਨੂੰ ਕਹਿੰਦੇ ਸੱਚ ਸਾਧਕ ਜਾਫੀ ਨੇ ਬਹੁਤ ਹੀ ਬੇਤਨ ਅੰਕ ਜੋਤਾ ਵੀਰ ਨੇ ਡੱਕਿਆ ਗਿਆ। ਲਓ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਨੌਜਵਾਨ, ਵੱਖਰੀ ਹੀ ਗੱਲ ਵੱਖਰਾ ਹੀ ਅੰਦਾਜ਼ ਹੈ ਨੌਜਵਾਨ ਦਾ, ਨਹੀਂ ਰੁਕਦਾ ਨੌਜਵਾਨ। ਲੈ ਬਈ ਨੌਜਵਾਨ ਨੂੰ ਸਾਂਭ ਸਕਦੇ, ਨੌਜਵਾਨ ਨੂੰ ਸਾਂਭੋ। ਨੌਜਵਾਨ ਕਹਿੰਦੇ ਹੱਥਾਂ 'ਚ ਤਿਲਕਦਾ ਯਾਰ ਹੈ ਮੇਰੇ ਵੀਰੋ। ਲਓ ਤੁਹਾਡੇ ਸਾਹਮਣੇ ਇਸ ਵਕਤ ਬਹੁਤ ਹੀ ਵਧੀਆ ਗੱਲ, ਐਨ ਕਿਤੇ ਜਵਾਨੀ ਨੇ ਛਿਆ ਹੋਈ ਗਰਮਾਏ ਹੋਏ ਪਿੰਡੇ ਇਸ ਵਕਤ ਸਰਾਣੇ ਦੀ ਧਰਤੀ। ਲਓ ਐਨ ਕਹਿੰਦੇ ਕੈਂਚੀ ਨਾਲ ਪੂਰਾ ਜਗਾੜ ਫਿੱਟ ਕਰਕੇ ਨੌਜਵਾਨ ਨੇ ਇੱਕ ਅੰਕ ਹੋਰ ਆਪਣੀ ਟੀਮ ਦੇ ਵਾਸਤੇ ਵਾਧਾ ਕਰ ਦਿੱਤਾ ਨੌਜਵਾਨ ਨੇ। ਬਹੁਤ ਹੀ ਬਿਹਤਰੀਨ ਮੈਚ ਇਸ ਵਕਤ ਇਹ ਜੋਨਲ ਪੱਧਰ ਮੈਚ ਸਰਾਲਕਾ ਦੀਆਂ ਵਰਸ ਜਾਂਡਲਾ, ਬਹੁਤ ਹੀ ਕਹਿੰਦੇ ਬਿਹਤਰੀਨ ਦਿਲਕਸ਼ ਮੈਚ, ਬਹੁਤ ਹੀ ਵਧੀਆ। ਦੋਵੇਂ ਟੀਮਾਂ ਬਿਨਾਂ ਦੇਰੀ ਕੀਤੀਆਂ, ਦੋਵੇਂ ਟੀਮਾਂ ਕਹਿੰਦੇ ਬਿਨਾਂ ਦੇਰੀ ਕੀਤੀਆਂ ਜਲਦੀ ਤੋਂ ਜਲਦੀ ਮੈਦਾਨ ਵਿੱਚ ਦਾਖਲ ਹੋ ਜਾਣ, ਕਿਉਂਕਿ ਕਮੇਟੀ ਦਾ ਫੈਸਲਾ ਕਿ ਜੇ ਟੀਮਾਂ ਨਹੀਂ ਪੁੱਜੀਆਂ ਤਾਂ ਗੱਲ ਕਹਿੰਦੇ ਹੋਰੇ ਹੋ ਜਾਵੇਗੀ। ਸੋ ਬਿਨਾਂ ਦੇਰੀ ਕੀਤੇ ਕਹਿੰਦੇ ਟੀਮਾਂ ਮੈਦਾਨ ਵਿੱਚ ਆ ਜਾਣ, ਔਰ ਉਹਨਾਂ ਟੀਮਾਂ ਦੇ ਜੌਹਰ ਤੱਕ ਨੂੰ ਦਰਸ਼ਕ ਵੀ ਉਤਾਵਲੇ ਨੇ ਮੇਰੇ ਵੀਰੋ।
ਸੋ ਇਸ ਕਰਕੇ ਦੋਵੇਂ ਟੀਮਾਂ ਦਾ ਜੋ ਸਾਹਨਾ ਵਾਲਾ ਪੇੜ ਕਿ ਕੁੰਡੀਆਂ ਦੇ ਸਿੰਘ ਫਸ ਕੇ ਕੋਈ ਨਿਤਰੂ ਬਣੇਵੇਂ ਖਾਣੀ ਮਿੱਤਰਾ ਵਹਿਜਾ ਗੋਡੀ ਇਲਾਕੇ ਵਾਲੀ ਗੱਲ ਹੋਣੀ ਹੈ ਸੋ ਫਾਈਨਲ ਮੈਚ ਦੀ ਗੱਲ ਲੇਕਿਨ ਆਹ ਕਹਿੰਦੇ ਜੁਨਲ ਪੱਧਰ ਦਾ ਮੈਚ ਸਰਾੜ ਕਾਜ਼ੀਆਂ ਵਰਸਿਸ ਜਾਡਲਾ ਬਹੁਤ ਹੀ ਬਿਹਤਰੀਨ ਮੈਚ ਇਸ ਵਕਤ ਚੱਲ ਰਿਹਾ ਮੇਰੇ ਵੀਰਿਓ ਦਿਲਕਸ਼ ਮੈਚ ਜਾਂ ਕਹਿੰਦੇ ਸਾਹ ਰੋਕਣ ਵਾਲਾ ਮੈਚ ਚੱਲ ਰਿਹਾ ਮੇਰੇ ਵੀਰੋ ਨੌਜਵਾਨ ਦੀ ਪਾਈ ਹੋਈ ਕਬੱਡੀ ਤੇ ਐਨ ਕਹਿੰਦੇ ਬਿਹਤਰੀਨ ਅੰਕ ਆਪਣੀ ਟੀਮ ਵਾਸਤੇ ਨੌਜਵਾਨ ਨੇ ਹਾਸਲ ਕਰ ਲਿਆ ਸ਼ੈਲੀ ਨਾਮ ਹੈ ਕਹਿੰਦੇ ਨੌਜਵਾਨ ਦਾ ਜੋ ਇਸ ਵਕਤ ਨੌਜਵਾਨ ਅੰਕ ਹਾਸਲ ਕਰਕੇ ਮੁੜਿਆ ਸ਼ੈਲੀ ਨਾਮ ਹੈ ਉਸ ਨੌਜਵਾਨ ਦਾ ਜੋਤਾ ਨਾਮ ਹੈ ਕਹਿੰਦੇ ਨੌਜਵਾਨ ਦਾ ਐਨ ਸਿੱਖੀ ਸਰੂਪ ਕਿਵੇਂ ਨੌਜਵਾਨ ਦਾ ਲਓ ਤੁਹਾਡੇ ਸਾਹਮਣੇ ਕਿ ਸੱਪ ਨੂੰ ਸੱਪ ਲੜੇ ਯਾਰੋ ਜ਼ਹਿਰ ਕਿਹਨੂੰ ਚੜੇ ਦੋਵਾਂ ਦੇ ਸਿੱਖੀ ਸਰੂਪ ਕਿਵੇਂ ਨੇ ਸਿੱਖੀ ਸਰੂਪ ਕਹਿੰਦੇ ਪਾਈ ਹੋਈ ਕਬੱਡੀ ਤੇ ਸਿੱਖੀ ਸਰੂਪ ਚ ਲਾਇਆ ਜਫਾ ਲਾਉਣ ਦੀ ਗੱਲ ਵੱਖਰੀ ਗੱਲ ਕਿ ਸਫਲਤਾ ਨਹੀਂ ਮਿਲੀ ਲਓ ਤੁਹਾਡੇ ਸਾਹਮਣੇ ਨੌਜਵਾਨ ਨੇ ਫਿਰ ਕਬੱਡੀ ਪਾ ਦਿੱਤੀ ਹੈ ਲੈ ਵੀ ਨੌਜਵਾਨ ਇਸ ਨੌਜਵਾਨ ਨਾਂ ਦੱਸ ਮੈਨੂੰ ਜਿਹਨੇ ਕਬੱਡੀ ਪਾਈ ਹੈ ਹੈਲਮਟ ਹੈਲਮਟ ਨਾਮ ਹੈ ਕਹਿੰਦੇ ਗੱਭਰੂ ਦਾ ਹੈਲਮਟ ਨੇ ਕਹਿੰਦੇ ਬਹੁਤ ਹੀ ਬਿਹਤਰੀਨ ਕਬੱਡੀ ਪਾਈ ਵੱਖਰੀ ਗੱਲ ਕੇ ਜੱਫਾ ਲੱਗ ਗਿਆ ਨਹੀਂ ਹੈਲਮਟ ਨੇ ਕਬੱਡੀ ਪਾਉਣ ਚ ਕੋਈ ਕਸਰ ਨਹੀਂ ਛੱਡੀ ਮੇਰੇ ਵੀਰੋ ਲਓ ਤੁਹਾਡੇ ਸਾਹਮਣੇ ਖਾਲਸਾ ਨਾਮ ਹੈ ਕਹਿੰਦੇ ਨੌਜਵਾਨ ਦਾ ਖਾਲਸੇ ਦੀ ਪਾਈ ਹੋਈ ਕਬੱਡੀ ਤੇ ਟੱਕਾਂਗੇ ਲੱਗਦਾ ਜੱਫਾ ਕਿ ਨਹੀਂ ਜੱਫਾ ਲੱਗ ਗਿਆ ਮੇਰੇ ਵੱਖਰੀ ਗੱਲ ਲੇਕਿਨ ਬਹੁਤ ਹੀ ਵੱਖਰਾ ਅੰਦਾਜ਼ ਇਸ ਨੌਜਵਾਨ ਕਬੱਡੀ ਪਾਉਣ ਦਾ ਜੱਫਾ ਲੱਗਿਆ ਕੋਈ ਗੱਲ ਨਹੀਂ ਕਿ ਜਿੱਤਣ ਜਿੱਤਣ ਹਰ ਕੋ ਖੇਡੇ ਹਰਨ ਖੇਡ ਫਕੀਰਾ ਉਹ ਜਿੱਤਣ ਦਾ ਮੁੱਲ ਕੌਡੀ ਪੈਂਦਾ ਹਰਨ ਦਾ ਮੁੱਲ ਹੀਰਾ ਉਹ ਜਿੱਤਣ ਦਾ ਮੁੱਲ ਕੌਡੀ ਪੈਂਦਾ ਹਾਰਨ ਦਾ ਮੁੱਲ ਹੀਰਾ ਕਿ ਦੇਖੋ ਜ਼ੋਰ ਨਾਲ ਕਹਿੰਦੇ ਯਾਰ ਜ਼ੋਰ ਟਕਰਾਇਆ ਹੈ ਲੱਗਦਾ ਹੈ ਗੱਭਰੂ ਨੇ ਕਸੂਤਾ ਪੰਗਾ ਪਾਇਆ ਲੱਗਦਾ ਹੈ ਗੱਭਰੂ ਨੇ ਕਸੂਤਾ ਪੰਗਾ ਪਾਇਆ ਕਸੂਤਾ ਪੰਗਾ ਤੇ ਉਸ ਕਸੂਤੇ ਪੰਗੇ ਨੇ ਕਹਿੰਦੇ ਇੱਕ ਅੰਕ ਦਾ ਹੋਰ ਇਜ਼ਾਫਾ ਕਰ ਦਿੱਤਾ ਜਾਡਲੇ ਦੀ ਟੀਮ ਵਾਸਤੇ ਲਓ ਤੁਹਾਡੇ ਸਾਹਮਣੇ ਨੌਜਵਾਨ ਫਿਰ ਵੱਧ ਚੁੱਕਿਆ ਜੋਤਾ ਕਹਿੰਦੇ ਨਾਮ ਹੈ ਨੌਜਵਾਨ ਦਾ ਹੈਲੋ ਮੈਚ ਖਤਮ ਹੋ ਗਿਆ ਇਸ ਕਰਕੇ ਕਲੱਬਾਂ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਉਹ ਤੁਰੰਤ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਬਿਨਾਂ ਦੇਰੀ ਤੋਂ ਇਹ ਕਮੇਟੀ ਦਾ ਫੈਸਲਾ ਹੈ ਮੈਚ ਖਤਮ ਹੋ ਗਿਆ ਆ ਜਾਓ ਜੀ ਆਖਰੀ ਆ ਬਸ ਵਿੱਚ ਨਾਲ ਲੱਗਦਾ ਆ ਜਾਓ ਪ੍ਰਾਈਜ਼ ਪ੍ਰਾਪਤ ਕਰੋ ਇਹਦੇ ਵਿੱਚ ਜੇਤੂ ਰਹੀ ਆ ਸਰਹਾਲ ਕਾਜ਼ੀਆਂ ਸਕੂਲ ਦੀ ਟੀਮ ਦੂਜੇ ਨੰਬਰ ਤੇ ਜਾਡਲਾ ਸਕੂਲ ਆ ਜਾਓ ਪੱਕੇ ਮੇਰੇ ਪੰਜਾਬੀ ਵੀਰਿਓ ਜੇ ਦੋਵਾਂ ਟੀਮਾਂ ਦਾ ਕਹਿੰਦੇ ਤੁਹਾਨੂੰ ਮੈਚ ਚੰਗਾ ਲੱਗਦਾ ਤਾੜੀ ਜ਼ਰੂਰ ਮਾਰਿਓ ਅੰਕਾਂ ਦਾ ਵੇਰਵਾ ਫਿਰ ਸਾਂਝਾ ਕਰਦੇ ਆਪਾਂ ਪਹਿਲਾਂ ਦੋਵਾਂ ਦੇ ਟੀਮਾਂ ਦੇ ਵਾਸਤੇ ਤਾੜੀ ਜ਼ਰੂਰ ਮਾਰਨੀ ਆਪਾਂ ਹੌਸਲਾ ਅਫਜਾਈ ਕਰਨੀ ਹੈ ਜ਼ਰੂਰੀ ਨਹੀਂ ਕਿ ਪੈਸਿਆਂ ਨਾਲ ਹੀ ਹੌਸਲਾ ਅਫਜਾਈ ਹੁੰਦੀ ਹੈ ਤਾੜੀਆਂ ਵੀ ਕਹਿੰਦੇ ਹੌਸਲਾ ਅਫਜਾਈ ਦੀ ਗੱਲ ਲਓ ਇਸ ਕਹਿੰਦੇ ਮੈਚ ਵਿੱਚ 16 ਅੰਕ ਨੇ ਜਾਡਲੇ ਦੀ ਟੀਮ ਦੇ ਇਸ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਸਰਾਲ ਖਾਦੀਆਂ ਦੀ ਟੀਮ 24.5 ਅੰਕ ਨੇ ਸੋ ਇੱਕ ਵਾਰ ਫਿਰ ਸਰਾਲ ਕਾਜ਼ੀਆਂ ਤਾੜੀ ਜ਼ਰੂਰ ਮਾਰੇ ਮੇਰੇ ਪੰਜਾਬੀ ਵੀਰਿਓ ਬਹੁਤ ਹੀ ਵਧੀਆ ਸਾਨਾ